ਕਿਸਾਨ ਵੀਰੋ, ਰਾਮ ਰਾਮ, ਸਤਿ ਸ਼੍ਰੀ ਅਕਾਲ, ਨਮਸਕਾਰ ਸਾਰੇ ਕਿਸਾਨ ਭਰਾਵਾਂ ਦਾ ਟਰੈਕਟਰਸ ਐਂਡ ਖੇਤੀ ਟੈਕ ਯੂਟਿਊਬ ਚੈਨਲ ਐਂਡ ਫੇਸਬੁੱਕ ਪੇਜ 'ਤੇ ਮੋਸਟ ਵੈਲਕਮ ਹੈ। ਅਤੇ ਮੈਂ ਆਸ਼ਾ ਕਰਦਾ ਕਿ ਸਾਰੇ ਕਿਸਾਨ ਵੀ ਠੀਕ ਠਾਕ ਵਧੀਆ ਹੋਣਗੇ। ਅਤੇ ਜੋ ਆਪਣੀ ਅੱਜ ਦੀ ਵੀਡੀਓ ਲੈ ਕੇ ਆਏ ਨਾ ਤੁਹਾਡੇ ਲਈ, ਕਿਸਾਨ ਮੇਲਾ ਗੁਰਦਾਸਪੁਰ 'ਚ, ਇਹ ਜਿਹੜਾ KBK ਕ੍ਰਿਸ਼ੀ ਵਿਗਿਆਨ ਕੇਂਦਰ ਆ ਉੱਥੇ ਲੱਗਦਾ ਸਾਲ 'ਚ ਦੋ ਵਾਰੀ, ਹਰ ਵਾਰ ਇੱਕ ਵਾਰੀ ਸੋਨੀ ਅਤੇ ਇੱਕ ਵਾਰੀ ਹਾੜੀ ਦੇ ਸੀਜ਼ਨ 'ਤੇ, ਇੱਕ ਵਾਰੀ ਝੋਨੇ ਦੇ ਸੀਜ਼ਨ 'ਤੇ ਅਤੇ ਇੱਕ ਵਾਰੀ ਕਣਕ ਦੇ ਸੀਜ਼ਨ 'ਤੇ। ਅਤੇ ਕਣਕ ਵਢਾਉਣ ਤੋਂ ਪਹਿਲੇ ਲੱਗਦਾ ਹੈ, ਜਿੱਦਾਂ ਐਕਤੀ ਮਾਰਚ ਮਹੀਨੇ 'ਚ, ਠੀਕ ਹੈ ਜੀ। ਅਤੇ ਇੱਥੇ ਨਾ ਪ੍ਰੀਤ ਵਾਲਿਆਂ ਦਾ ਆਇਆ, ਆਪਣੇ ਸਟੋਲ ਪ੍ਰੀਤ ਕੰਪਨੀਆਂ ਵਾਲੇ ਆਏ ਆ, ਤਿੰਨ ਮੋਡਲ ਲੈ ਕੇ ਆਏ ਆ, ਦੋ ਉੱਧਰ ਖੜ੍ਹੇ ਆ ਇੱਕ ਇੱਧਰ। ਅਤੇ ਬਾਕੀ ਇਹਦੇ ਨਾਲ ਔਫਰ ਵੀ ਚੱਲਦਾ ਪਿਆ, ਪੂਰੀ ਜਾਣਕਾਰੀ ਦੇਵਾਂਗੇ, ਟਰੈਕਟਰ ਵੀ ਦਿਖਾਵਾਂਗੇ, ਅਤੇ ਵੀਡੀਓ 'ਚ ਬਣੇ ਰਹੋ ਐਂਡ ਤੱਕ, ਠੀਕ ਹੈ ਜੀ। ਅਤੇ ਜਿਹੜਾ ਪਹਿਲਾ ਮੋਡਲ ਹੈ ਨਾ, ਇਹਦੇ ਕੋਲ ਪਹਿਲੇ ਮੋਡਲ ਦਿਖਾਉਂਦੇ ਹਾਂ, ਫਿਰ ਇਹਦਾ ਅੱਗੇ ਰੇਟ ਵਗੈਰਾ ਲਾਇਆ, ਦੇਖੇ ਬਾਈ ਉਹਦੀ ਵੀ ਜਾਣਕਾਰੀ ਦਿੰਦੇ ਹਾਂ। ਆਹ ਦੇਖੋ ਜਿਹੜਾ ਪਹਿਲਾ ਮੋਡਲ ਹੈ ਇਹਦਾ, ਸੁਪਰ 6059 ਫੋਰ ਵੀਲ ਡਰਾਈਵ, 6059 ਸੁਪਰ ਇਨਲਾਈਨ ਪੰਪ ਵਾਲਾ ਫੋਰ ਵੀਲ ਡਰਾਈਵ, ਸਿੰਕਰੋਮੈਸ਼ ਗੇਅਰ ਦੇ ਨਾਲ ਆ। ਵੇਖ ਲਓ ਕਿੰਨਾ ਖੁੱਲ੍ਹਾ ਪਲੇਟਫੋਰਮ ਹੈ, ਮੈਟ ਵਗੈਰਾ ਪਾਇਆ, ਕੰਪਨੀ ਫਿਟਡ। ਅਤੇ ਉੱਪਰੋਂ ਵੀ ਦਿਖਾ ਦਿੰਦਾ ਤੁਹਾਨੂੰ ਥੋੜ੍ਹਾ, ਮੈਂ ਚੈੱਕ ਕਰੋ ਉੱਪਰੋਂ ਵੀ, ਕਰੋ ਚੈੱਕ, ਠੀਕ ਹੈ ਜੀ। ਇਹਦੇ ਗੇਅਰ ਵਗੈਰਾ, ਗੇਅਰ ਸਪੀਡਾ, ਕਰੋ ਚੈੱਕ, ਚਾਰ ਸਿਲੰਡਰ 'ਚ ਆਏ, ਇਨਲਾਈਨ ਪੰਪ। ਅਤੇ ਜੇ ਇਹਦੇ ਰੇਟ ਦੀ ਗੱਲ ਕਰੀਏ ਨਾ, ਇਹ ਵੇਖ ਲਓ ਕਰਾਰੋ ਦਾ, ਇਹਦੇ 'ਚ ਉਹ ਆ ਸਿਸਟਮ ਗੇਅਰ ਬੋਕਸ 'ਤੇ ਬਹਿ ਕੇ ਸਾ, 6059 3 ਸਪੀਡ 4 ਵੀਲ, ਸ਼ੋਰੂਮ ਪ੍ਰਾਈਸ 9,98,000, ਕੰਡੀਸ਼ਨ ਸਪਲਾਈ, ਮੀਨਿੰਗ ਅਪਰੋਕਸ 10 ਲੱਖ ਰੁਪਇਆ ਦਾ ਐਕਸ ਸ਼ੋਰੂਮ ਹੈ, ਠੀਕ ਹੈ ਜੀ ਇਹ ਵਾਲੇ ਦਾ। ਬਾਕੀ ਦੇਖਿਓ, ਬਾਕੀ ਨਾ ਅੱਗੇ ਇਹਨਾਂ ਨੇ ਇੱਧਰ ਲਾਇਆ ਵੀ ਪ੍ਰੀਤ ਟਰੈਕਟਰ ਦੇ ਨਾਲ 60,000 ਰੁਪਏ ਦੀ ਇਲੈਕਟ੍ਰਿਕ ਸਕੂਟੀ, ਠੀਕ ਹੈ ਜੀ, ਇਲੈਕਟ੍ਰਿਕ ਸਕੂਟੀ ਫ੍ਰੀ ਲਾਈ ਜੇ ਨਾਲ। ਕਰੋ ਜਾ ਕੇ ਇਹਨਾਂ ਨੇ ਅੱਗੇ ਲਿਖ ਕੇ ਲਾਇਆ। ਬਾਕੀ ਜਿਹੜਾ ਅੱਗੇ ਮੋਡ ਲੈ ਕੇ ਪਹਿਲੇ ਦਿਖਾ ਦਿੰਦਾ, 6059 ਆ 3 ਸਪੀਡਾਂ ਵਾਲਾ, ਐਕਸ ਸ਼ੋਰੂਮ ਹੈ 96, ਸਪੈਸ਼ਲ ਔਫਰ ਇਲੈਕਟ੍ਰਿਕ ਸਕੂਟੀ ਫ੍ਰੀ ਕੰਡੀਸ਼ਨ ਅਪਲਾਈ। ਇਹ ਵਾਲੀ ਸਕੂਟੀ ਜਿਹੜੀ ਦਿਖਾਈ ਹੈ ਨਾ ਤੁਹਾਨੂੰ, ਇਹ ਇਸ ਟਰੈਕਟਰ ਨਾਲ ਫ੍ਰੀ ਆ। ਅਤੇ ਜੇ ਗੱਲ ਕਰ ਲਈਏ ਭਾਅ ਜੀ ਇਹਦੀ ਸਕੂਟੀ ਦੀ, ਇਹਦੀ ਕਿਆ ਪ੍ਰਾਈਜ਼ ਹੋਏਗੀ? ਉੱਦਾਂ 55,000, ਮੀਨਿੰਗ 55,000 ਰੁਪਇਆ ਡਿਸਕਾਊਂਟ ਕਹਿ ਲਓ, ਜਾਂ ਤੁਸੀਂ ਕਹਿ ਲਓ ਨਾਲ ਫ੍ਰੀ ਕਹਿ ਲਓ, ਕੁਛ ਵੀ ਕਹਿ ਲਓ। ਅਤੇ ਭਾਅ ਜੀ ਇਹ ਨਾਲ ਫ੍ਰੀ ਹੀ ਮਿਲਣੀ ਹੈ ਕਿ ਜਾਂ ਕੋਈ ਪੈਸੇ ਵੀ ਕਟਵਾਉਣੇ? 31 ਮਾਰਚ ਤੱਕ ਇੱਦਾਂ ਨਹੀਂ ਆ ਵੀ ਜੇ ਕੋਈ ਕਹੇ ਵੀ ਇਹ ਨਹੀਂ ਲੈਣੀ ਤਾਂ ਪੈਸੇ ਕੱਢ ਕਰ ਲਓ। ਅੱਛਾ, ਉਹ ਮੌਕੇ ਦਾ ਡਿਸੀਜਨ ਕੀਤੀ ਆ ਫ੍ਰੀ ਆਫ ਕੋਸਟ, ਪੈਟਰੋਲ ਦਾ ਲੋਡ ਹੀ ਨਹੀਂ, ਮਗਰ ਰੋਟੀਆਂ, ਕਿਸਾਨ ਖੁਸ਼ ਤੇ ਮਗਰ ਵਾਈਫ ਵੀ ਖੁਸ਼। ਠੀਕ ਹੈ ਬਾਕੀ ਕਰੋ ਫਿਰ, ਕਰਦੇ ਆਪਾਂ। ਠੀਕ ਹੈ ਕਿਸਾਨ ਵੀਰੋ, ਦੇਖ ਲਓ ਬਾਈ ਨੇ ਦੱਸਿਆ ਵੀ ਟਰੈਕਟਰ ਦੇ ਨਾਲ ਸਕੂਟੀ ਤਾਂ ਫ੍ਰੀ ਆ ਵੀ ਜਿੱਦਾਂ ਕਿਸਾਨ ਵੀਰ ਖੇਤਾਂ 'ਚ ਕੰਮ ਕਰਦੇ ਆ, ਅਤੇ ਬਾਅਦ 'ਚ ਵਾਈਫਾਈ ਜਿਹੜੇ ਹੁੰਦੇ ਘਰ ਦੇ, ਉਹ ਸਕੂਟੀ 'ਤੇ ਰੋਟੀ ਲੈ ਕੇ ਜਾਣ, ਕੋਈ ਤੇਲ ਦਾ ਖਰਚਾ ਨਹੀਂ, ਕਿਸਾਨ ਵੀ ਖੁਸ਼, ਠੀਕ ਹੈ ਜੀ, ਖੁਸ਼ਹਾਲ ਕਿਸਾਨ। ਬਾਕੀ ਦੇਖ ਲਓ, ਅਤੇ ਬਾਕੀ ਮੇਨ ਸਕੂਟੀ ਨਾਲ ਫ੍ਰੀ ਆ, 55,000 ਰੁਪਏ ਰੇਟ ਆ। ਤਾਂ ਜੇ ਮੈਂ ਦੱਸਿਆ ਜੇ ਕਿਸੇ ਨੇ, ਮੀਨਿੰਗ ਜਿੰਨਾ ਇਹਦਾ ਐਕਸ ਸ਼ੋਰੂਮ ਆ, ਇਹਦੇ 'ਚੋਂ 55,000 ਘਟਾ ਕੇ ਦੇਣੇ ਹੋਣ ਵੀ ਸਕੂਟੀ ਨਹੀਂ ਲੈਣੀ, ਉਹ ਕਹਿੰਦੇ ਉਹ ਡਿਸੀਜਨ ਮੌਕੇ 'ਤੇ ਹੋਏਗਾ, ਅਤੇ 31 ਮਾਰਚ ਤੱਕ ਔਫਰ ਹੈ ਵਾਲਾ 2024, ਠੀਕ ਹੈ ਜੀ। ਅਤੇ 6059 ਆ ਵੀ ਸੁਪਰ, ਇਹ 2 ਸਪੀਡ ਵਾਲਾ ਸੈਂਟਰ ਗੇਅਰ ਵਾਲਾ, ਇਹ ਦੇਖ ਲਓ ਕਰੀਪਰ ਗੇਅਰ ਵਾਲਾ, ਇਹਦਾ ਕਰੀਪਰ ਗੇਅਰ ਵੀ ਆ, ਜਿਹਨੂੰ ਝੋਟਾ ਗੇਅਰ ਕਹਿ ਲੈਂਦੇ ਸਾਈਡ 'ਤੇ ਲੱਗੇਦਾ, ਠੀਕ ਹੈ ਜੀ। 4 ਸਿਲੰਡਰ ਆ, ਇਨਲਾਈਨ ਪੰਪ ਵਾਲਾ, ਬਾਕੀ ਪ੍ਰੀਤ ਦਾ ਮਗਰ ਬ੍ਰਾਂਡਿੰਗ ਕੀਤੀ ਦੀ ਆ। ਅਤੇ ਜਿਹੜਾ ਇੱਧਰ ਮੋਡਲ ਹੈ, ਇਹ ਹੈ 6059 ਸੁਪਰ, ਇਹ ਕਿੰਨਾ 3 ਸਿਲੰਡਰ ਆ ਬਾਈ? 4 ਸਿਲੰਡਰ 'ਚ ਦੋਨੋਂ ਹੀ, ਦੋ ਸਪੀਡ ਆ, ਇਹ 3 ਸਪੀਡ। ਅੱਛਾ, ਕਿਸਾਨ ਵੀਰੋ ਜਿਹੜਾ ਮੋਡਲ ਹੈ ਨਾ,
ਇਹ ਵੀ 4 ਸਿਲੰਡਰ 'ਚ ਆ, ਇਨਲਾਈਨ ਪੰਪ ਵਾਲਾ, ਅਤੇ ਇਹ ਵੀ 4 ਸਿਲੰਡਰ 'ਚ ਆ, ਅਤੇ ਸੈਂਟਰ 'ਚ ਗੇਅਰ ਆ ਦੋਨਾਂ ਦੇ, ਸਿਰਫ ਸਪੀਡ ਦਾ ਫਰਕ ਆ ਉਹ ਜਿਹੜਾ ਨਾਲ ਕਰੀਪਰ ਗੇਅਰ ਨਹੀਂ ਕਹਿੰਦੇ ਝੋਟਾ ਗੇਅਰ, ਇਹ ਉਹ ਵਾਲਾ, ਅਤੇ ਇਹ ਸਿੰਪਲ ਆ ਸਿਰਫ, ਇਹਦੇ ਨਾਲ ਉਹ ਕਰੀਪਰ ਗੇਅਰ ਵਾਲਾ ਨਹੀਂ ਸਿਸਟਮ ਹੈਗਾ, ਇਹ ਫਰਕ ਆ ਦੋਨਾਂ ਮੋਡਲਾਂ 'ਚ, ਅਤੇ ਇਹਦਾ ਵੀ ਰੇਟ ਵਗੈਰਾ ਤੁਹਾਨੂੰ ਮੈਂ ਦੱਸ ਦਿੰਦਾ, ਦੇਖੋ ਬਾਈ ਜੀ ਇੱਕ ਮਿੰਟ, ਇਹਦਾ ਵੀ ਦੇਖ ਲਓ, ਟੈਕਸ ਸ਼ੋਰੂਮ 6,65,000 ਰੁਪਇਆ, ਸਪੈਸ਼ਲ ਔਫਰ, ਸਕੂਟੀ ਫਰੀ ਆ ਨਾਲ, ਕੰਡੀਸ਼ਨ ਅਪਲਾਈ ਜੋ ਵੀ ਕੰਡੀਸ਼ਨਾਂ ਹੋਣਗੀਆਂ, ਠੀਕ ਹੈ ਜੀ, ਇਹਦੀਆਂ 16-28 ਦੇ ਬੈਕ ਟਾਇਰ ਇਹਦੇ 'ਚ, ਹੁਣ ਇਹਦਾ ਮੀਟਰ ਵਗੈਰਾ ਵੀ ਚੈੱਕ ਕਰਾ ਦਿੰਦਾ ਤੁਹਾਨੂੰ ਮੈਂ, ਟਰੈਕਟਰ ਦਾ ਕਰੋ ਚੈੱਕ, ਉਹ 60-59 ਲੱਗਾ ਉੱਧਰ, ਉਹ 2 ਸਪੀਡ ਵਾਲਾ ਲੱਗਾ ਬਿਨਾਂ ਕਰੀਪਰ ਗੇਅਰ ਵਾਲਾ, ਅਤੇ ਇਹ ਕਰੀਪਰ ਗੇਅਰ ਵਾਲਾ ਜਿਹੜਾ ਟਰੈਕਟਰ, ਇਹ ਚੈੱਕ ਕਰ ਲਓ, ਇਹ ਥੱਲੇ ਲੀਵਰ ਲੱਗਾ, ਇਹ ਲੀਵਰ, ਠੀਕ ਹੈ ਜੀ ਬਾਈ, ਕਰਿਓ ਸਟਾਰਟ, ਇਹਦੀ ਆਵਾਜ਼ ਚੈੱਕ ਕਰਾਇਓ ਸਾਨੂੰ ਵੀਰੋ, ਆਵਾਜ਼ ਚੈੱਕ ਕਰਿਓ, ਆਵਾਜ਼ ਚੈੱਕ ਕਰਾ ਦਿੰਦੇ ਹਾਂ ਉੱਥੇ ਕਰਕੇ, ਦੇਖਿਓ ਨਿਊਟਰਲ ਹੀ ਆ ਨਾ, ਵੇਖ ਲਿਓ, ਹਾਈ ਲੋ ਕਰ ਲੈਣਾ ਸੀ ਨਿਊਟਰਲ, ਕਰੋ ਚੈੱਕ, ਰੇਸ ਦੇ ਉਹ ਵੱਧ ਘੱਟ ਪੈਰ ਵਾਲੀ, ਪੈਰ ਵਾਲੀ, ਹਾਂ ਕਰ ਦੋ ਬੰਦ, ਠੀਕ ਹੈ ਜੀ, ਸਾਨੂੰ ਵੀਰੋ ਦੇਖ ਲਿਆ ਤੁਸੀਂ, ਅਤੇ ਇਹਦੀ ਵੀ ਆਵਾਜ਼ ਦੋਨਾਂ ਦੀ ਸੇਮ ਆ, ਕਿਉਂਕਿ ਦੋਨੇ 4 ਸਿਲੰਡਰ ਇਨਲਾਈਨ ਪੰਪ 'ਚ ਆ, ਅਤੇ ਉਹਦੀ ਆਵਾਜ਼ ਤੁਹਾਨੂੰ ਮੈਂ ਸੁਣਾਤੀ ਆ, ਅਤੇ ਇਹਦੀ ਹੁਣ ਸੁਣਾਉਣੀ, ਕਰੋ ਚੈੱਕ, ਬਾਕੀ ਬੰਪਰ ਵਗੈਰਾ ਦੇਖ ਲਓ, ਕਾਫੀ ਹੈਵੀ ਫਿੱਟ ਕੀਤਾ ਅੱਗੇ, ਚੈੱਕ ਕਰੋ ਥੱਲੇ, ਮੀਨਿੰਗ ਜਿੱਦਾਂ ਇਹ ਟਰੈਕਟਰ ਹੈ ਕਿਸੇ ਨੇ ਖਰੀਦੇ ਦਾ, ਮੀਨਿੰਗ ਠੀਕ ਹੈ ਜੀ, ਪਲੇਟਾਂ ਵੀ ਲੱਗੀਆਂ ਨਾਲ, 20-20 ਕਿਲੋ ਦੀ ਇੱਕ ਪਲੇਟ ਆ, ਅਤੇ 4 ਪਲੇਟਾਂ ਲੱਗੀਆਂ ਫਰੰਟ 'ਤੇ, 80 ਕਿਲੋ ਵੇਟ ਤਾਂ ਥੱਲੇ ਪਲੇਟਾਂ ਦਾ ਆ, ਉਹ ਦੇਖ ਲਓ, ਇਹਦਾ ਕੀ ਰੇਟ ਆ ਭਾਅ ਜੀ, ਅੱਛਾ 99 ਅਪਰੋਕਸ, 10 ਦੇ ਲੱਖ ਦੇ ਲੱਗ ਗਿਆ, ਠੀਕ ਹੈ ਜੀ, ਅਤੇ ਬਾਕੀ ਇੱਧਰ ਨਾਲ ਜਿਹੜੇ ਅਪੋਲੋ ਟਾਇਰ ਵਾਲੇ ਆਏ ਦੇ ਆ, ਚੈੱਕ ਕਰ ਲਓ ਇਹਦਾ ਸਿਸਟਮ, ਗੱਡੀ 'ਤੇ ਹੀ ਲੱਦ ਗਿਆ ਅੱਜ ਕੱਲ੍ਹ ਸਿਸਟਮ, 12 ਦੇ ਟਾਇਰ, ਠੀਕ ਹੈ ਜੀ, ਅਤੇ ਮਿਲਦੇ ਹਾਂ ਕਿਸਾਨ ਵੀਰੋ ਫਿਰ ਕਿਸੇ ਨਵੀਂ ਵੀਡੀਓ 'ਚ ਨਵੀਂ ਜਾਣਕਾਰੀ ਦੇ ਨਾਲ।